ਸੋ ਵੈਲਕਮ ਗਾਈਸ ਅੱਜ ਨਵੇਂ ਵੀਡੀਓ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਡੌਗੀ ਨੂੰ ਲੈ ਕੇ ਆਉਣਾ ਵਾ, ਉਹ ਉੱਥੇ ਸ਼ੇਰਪੁਰ ਚੌਂਕ ਫੜਾਉਣਾ। ਸੋ ਗਾਈਸ ਡੌਗੀ ਨੂੰ ਆਪਾਂ ਜਰਗ ਬੱਸ ਉਹਦੇ ਵਿੱਚ ਬਿਠਾਇਆ ਹੋਇਆ ਵਾ, ਅਤੇ ਉੱਥੋਂ ਆਪਾਂ ਲੈ ਕੇ ਆਉਣਾ। ਹੁਣ ਆਪਾਂ ਲੈਣ ਚੱਲਦੇ ਹਾਂ ਆਲਮੀਰ ਸਾਹਿਬ ਤੋਂ, ਗੇਟ 'ਤੇ ਉੱਥੇ ਕਹਿੰਦੇ ਵੀ ਬੱਸ ਆ ਜੂਗੀ, ਅਤੇ ਉੱਥੋਂ ਆਪਾਂ ਲੈ ਕੇ ਆਉਣਾ ਵਾ। ਚੱਲਦੇ ਹਾਂ, ਮੇਰੇ ਨਾਲ ਅੱਜ ਗੋਲੂ ਚੱਲਿਆ ਵਾ। ਚੱਲ ਵੀ ਗੋਲੂ ਬਹਿ ਜਾ। ਸੋ ਆਪਾਂ ਵੇਟ ਕਰ ਰਹੇ ਹਾਂ, ਤਾਂ ਗੁਰਦੁਆਰਾ ਸਾਹਿਬ ਦਾ ਗੇਟ ਆ, ਅਤੇ ਇੱਥੇ ਆਪਾਂ ਵੇਟ ਕਰ ਰਹੇ ਹਾਂ। ਆਪਾਂ ਡੌਗੀ ਲੈਣਾ ਵਾ ਹਸਕੀ, ਉਹਨਾਂ ਤੋਂ ਬੱਸ ਉੱਧਰੋਂ ਆਊਗੀ ਸਾਹਮਣੇ ਉੱਧਰੋਂ। ਇਹਦੇ ਪਿੱਛੇ ਆਪਣੇ ਬੱਸ ਆ ਚੁੱਕੀ ਆ ਜਰਗ, ਉੱਥੋਂ ਫੜਨਾ ਵਾ ਆਪਣਾ। ਲੈ ਆ, ਫੜ ਲਿਆ। ਸੁੱਤਾ ਪਿਆ ਡੌਗੀ, ਹੁਣ ਆਪਾਂ ਲੈ ਲਿਆ, ਅਤੇ ਹੁਣ ਆਪਾਂ ਪਹਿਲਾਂ ਘਰ ਚੱਲਦੇ ਹਾਂ, ਉਸ ਤੋਂ ਬਾਅਦ ਇਹਨੂੰ ਸ਼ੇਰਪੁਰ ਚੌਂਕ। ਹੁਣ ਆਪਾਂ ਆ ਚੁੱਕੇ ਹਾਂ ਡੌਗੀ ਨੂੰ ਲੈ ਕੇ, ਅਤੇ ਉੱਧਰ ਫੜਿਆ ਹੈ ਡੌਗੀ ਗੋਲੂ ਦੇ ਹੱਥ ਦੇ ਵਿੱਚ। ਚਲੋ, ਸੁੱਤਾ ਪਿਆ ਵੈਸੇ ਫਿਲਹਾਲ। ਲਓ ਜੀ, ਇੱਕ ਆਪਣਾ ਹੋਰ ਸਦੱਸਿਆ ਆ ਗਿਆ ਮਹਿਮਾਨ, ਆਪਣਾ ਘੰਟੇ ਦੋ ਘੰਟੇ ਲਈ, ਘੰਟੇ ਦੋ ਘੰਟੇ ਲਈ ਮਹਿਮਾਨ ਆ ਗਿਆ ਬਈ ਆਪਣਾ। ਆ ਦੇਖ, ਸੁੱਤਾ ਪਿਆ। ਨਹੀਂ ਨਹੀਂ ਬੇਚਾਰਾ ਆ ਬੰਨਿਆ ਹੋਇਆ ਕੋਲ, ਦੇਖੋ ਜਵਾਕ ਕਿੰਨੇ ਖੁਸ਼ ਹੁੰਦੇ ਆ ਤੂੰ ਨਾ। ਹਸਕੀ ਓਏ ਓਏ ਹਸਕੀ, ਨਹੀਂ ਰਹਿ ਭੱਜਦਾ ਤਾਂ ਹੈ ਨਹੀਂ, ਕੀ ਆ ਦੇਖ, ਪੁੱਛ ਲਿਓ ਦੁੱਧ ਵਗੈਰਾ ਕੀ ਪਰਵਾ ਦੇ, ਕੋਈ ਗੱਲ ਨੀ। ਦੇਖੋ ਖੇਡਦੇ ਆ, ਆਉਂਦਾ ਹੀ ਖੇਡ ਜੀ ਲੱਗ ਗਿਆ। ਓਏ ਹਸਕੀ, ਖੇਡਣ ਲੱਗ ਗਿਆ। ਉਹਨੂੰ ਆਇਆ ਸੀ, ਮੈਨੂੰ ਬੰਦ ਕਰਕੇ ਰੱਖਿਆ ਸੀ ਨਾ। ਇਹ ਤਾਂ ਲੱਗ ਗਿਆ ਵੀ ਸਾਡੇ ਘਰੇ ਜੀ ਲਾ ਲਿਆ ਨਾ, ਤਾਂ ਜੀ ਨਹੀਂ ਕਰਦਾ ਇਹਨੂੰ ਦੇਣ ਲਈ ਹੈ ਨਾ, ਪਿਆਰ ਜਿਹਾ ਪੈ ਜਾਂਦਾ ਡੌਗੀ ਨਾ। ਖੇਡਣ ਦੇ ਪੁੱਤ, ਖੇਡਣ ਦੇ, ਨੈਚੁਰਲ ਖੇਡਣ ਦੇ ਇਹਨੂੰ ਆਪਣਾ। ਦੇਖੋ ਉਹਨੂੰ ਖੁੱਲ ਮਿਲ ਗਈ ਹੁਣ, ਵਿਚਾਰਾ ਨੂੰ ਬੰਦ ਸੀ ਉਦੋਂ ਸਵੇਰ ਦਾ, ਕਿੰਨਾ ਭੱਜਦਾ ਲੈ ਲੈ ਹੱਟਦਾ ਹੀ, ਮੈਂ ਕਿਹੜਾ ਤੂੰ ਹੱਟਦਾ ਹੀ ਮੈਂ। ਸੋ ਹਸਕੀ ਆਪਾਂ ਲੈ ਕੇ ਚੱਲੇ ਆ ਉਹਨੂੰ ਸ਼ੇਰਪੁਰ ਚੌਂਕ ਜਾਂ ਢੋਲੇ ਵਾਲ ਚੌਂਕ ਕਹਿੰਦੇ ਸੀ ਉੱਥੇ, ਮੈਂ ਕਿਹਾ ਵੀ ਸ਼ੇਰਪੁਰ ਚੌਂਕ ਫੜਾ ਦਾਂਗੇ ਆਪਣੇ ਨੇੜੇ ਪੈਂਦਾ ਵਾ, ਅਤੇ ਅੱਗੇ ਹੈਂਡਓਵਰ ਕਰ ਦਾਂਗੇ, ਆਪੇ ਅੱਗੇ ਲੈ ਜਾਣਗੇ ਦਿੱਲੀ। ਅਤੇ ਹੁਣ ਆਪਾਂ ਚੱਲਦੇ ਹਾਂ, ਬੱਚੇ ਖੇਡ ਰਹੇ ਆ, ਛੱਡਦੇ ਨਹੀਂ ਹੈਗੇ ਹਸਕੀ ਨੂੰ, ਇੱਥੇ ਉੱਧਰ ਖੇਡ ਰਹੇ ਨਾ, ਲੈ ਕੇ ਜਾਣਾ ਆਪਾਂ ਪੈਦੀ ਵਾਲੀ ਟੋਕਰੀ 'ਚ ਰੱਖਦੇ ਹਾਂ, ਇਹਨੂੰ ਕਰਦੇ ਹਾਂ ਬੰਦ। ਬਾਏ ਬਾਏ ਕਰਦੇ ਜਾਂਦੇ ਹੋਏ ਹਸਕੀ, ਬੜਾ ਪਿਆਰਾ ਸੀਗਾ ਬਾਈ, ਯਾਦਗਾਰੀ ਹੋ ਗਈ ਇਹ। ਇਹ ਮਿੰਟ ਜੀ ਇਹਨੇ ਦਿਲ ਜਿੱਤ ਲਿਆ ਬੰਦੇ ਦਾ ਹੈ ਨਾ, ਕਹਿੰਦੇ ਕਿੰਨਾ ਪਿਆਰ ਆ ਕਰਨ ਲੱਗ ਗਿਆ ਮਿੰਟ ਜੀ। ਚਲੋ ਵੀ ਚੱਲ ਵੀ, ਕਿਸੇ ਨੂੰ ਲੇਟ ਹੋਣੀ ਬੰਦੇ ਉੱਤੇ ਰੱਸੀਆਂ ਬੰਦੇ। ਸੋ ਇੱਧਰ ਇਹ ਖੇਡਦੇ ਸੀ, ਇਹਨੂੰ ਵੀ ਬੜਾ ਪਸੰਦ ਆਇਆ ਹੈ ਨਾ ਵੀ ਡੌਗੀ। ਕਿਵੇਂ ਬੈਠੀ ਆ ਮੈਂ ਵਿਚਾਰੀ ਦੇਖ ਰਹੀ ਆ। ਹਾਂ ਸਹੀ ਗੱਲ ਹੈ। ਚਲੋ ਜੀ ਚੱਲ ਗੁਲੂ, ਹੁਣ ਅਸੀਂ ਦੁਕਾਨ 'ਤੇ ਚੱਲੇ ਹਾਂ,
हस्की नू दे के आना वा शेरपुर चौंक ते उस तो बाद आपां दुबारा दुकान ते फिर आना वा क्योंकि वो बंदे ने दिल्ली नू जाना वा लैके हस्की नू ते आपां चलदे आं शेरपुर पहुंच चुके हैं तो डॉगी नू इत्थे आपां हैंड ओवर करना वा टैक्सी ड्राइवर आ मुंडा इत्थे उहनू फड़ाउणा वा आपां सो डॉगी नू हैंड ओवर करता हूं आप चलते हैं दुकान से सो गाइज आप दुकान से आ चुके हैं झाड़ू वगैरह आप ला लिया सफाई वगैरह सारी हो चुकी है बाकी हूँ आप रूटीन का काम कर रहे हैं ते आज दा जड़ा मेन हाईलाइट सीगा हस्की सीगा सानू काफ़ी फील होया भी वह कुत्ता साडे कोलो चले गया ते हुण मैं जिदा तुसीं वीडियो दे विच भी देखिया टैक्सी ड्राइवर नू फड़ाया वा ते उह दिल्ली लैके जाऊगा नाल उहदी सवारियां भी ने ते काफ़ी जाने कि जदों कोई इदां दा अपना मतलब पाणा जिहा हुंदा वा इन्ना खेडदा सीगा बच्चे नाल भी घुल मिल गया सीगा अपने बारी तो बारिश आ नहीं रही बार बर्गर अपने आ गए थे हम आप बर्गर छकते हैं देखते हैं कि टेस्टी है मैं एक जगह से ही मंगवाना हाँ क्योंकि उसका टेस्ट मेरे पता वा कि मंगवाना उन्होंने वधिया जानी कि बनाते छकते हैं सवेर की अच्छ बारिश हो रही है तो असी फोटो वगैरह लैन जानी सी हम चलें डैडी लैके चलिया मैं इस फोटो लैन वास्ते अभी बारिश हो रही है देखो फोटो जीडियो लेके आए हैं तो काफ़ी ज़्यादा सीगा भार तो इस करके मैं वीडियो नहीं दिखा सकता तुहानू ये दो फोटो इधर पई ने आ वाली बड़िया नाल मेरे डैडी गए थे एल्बम लेके आए हैं तो काफ़ी समान हो गया सीगा स्कूटरी अज यशप्रीत सिंह तो मामू आए थे वो दुपहरे लै गए थे इस करके नहीं तो स्कूटर तो वधिया तरीके सौखे तरीके आ जाए सो हम आप दुकान पर आ चुके हैं तो टाइम हो चुके वा सवा सत्त तो 8 बजे आप दुकान क्लोज करनी है सो भाई जी बार बारिश हो रही थी इस करके आप बाहर का सीन नहीं दिखा सके आप दुकान तो घर आ चुके हैं हाँ देखो कि बारिश गड्डी भी बारिश हो गई तो आप अज मोटरसाइकिल से डैडी सी हेलो मेहर अज्ज दे ब्लॉग नूं आपां इत्थे एंड करदे आं ते मिलदे आं एक नवीं वीडियो दे विच तद तक लई बाय बाय।